लो भी मित्रों, आप फिर करती नवे ब्लॉग की स्टार्टिंग है। इग्नोर करो, हालत तो थोड़ी जी ओहो जी हुई पई है। चलो आप अज करना प्रैंक जस्सू से, है ना अरमन? हाँ भाई। तो वेने वह बंदा की फील करता प्रैंक आए, उन्हें फोन लाने थोड़े सामने, तो उन्होंने जमा वहम च पाना वा कि हाँ बंद वाकई लगे हरमन सच्ची बाहर चले आए। बोली नहीं, आई होप तू सारे ठीक होंगे। रोज बोली दी सेम नहीं ना करी दी। आई होप यू आर ऑल बेस्ट एंड आई एम आल्सो वेरी गुड फाइन। ਵਲੌਗ ਆਪਾਂ ਇਸੇ ਲਈ, ਮੈਂ ਤਾਂ ਅਚਾਨਕ ਹੀ ਹਰਮਨ ਸੋਚਿਆ ਕਿ ਪ੍ਰੈਂਕ ਤਾਂ ਕਰਕੇ ਵੇਖਿਓ, ਕੋਈ ਨਹੀਂ ਫਿਰ ਕੀ ਹੁੰਦਾ, ਵੇਹਨੇ ਆ ਟਰਾਈ ਕਰਕੇ। ਆਹ ਕਰਦੇ ਕਾਲ ਜੱਸੂ ਨੂੰ, ਫਿਰ ਤੈਨੂੰ ਦਿਖਾਉਣੇ ਕੀ ਉਹ ਅੱਗੋਂ ਬੋਲਦਾ। ਐਂਡ ਤੇ ਜੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਵਧੀਆ ਲੱਗਾ ਤਾਂ। ਬਹੁਤ ਬਹੁਤ ਸਪੋਰਟ ਕਰੋ ਜੇ ਤੁਸੀਂ ਸਾਨੂੰ ਸਪੋਰਟ ਕਰਾਂਗੇ। ਜੇ ਹੁਣ ਹਜੇ ਤਾਂ ਇੰਨੇ ਪਾਤੇ ਵਲੌਗ, ਜੇ ਤੁਸੀਂ ਵੇਖ ਵੀ ਲੈਨੇ ਲਾਈਕ ਕਮੈਂਟ ਨਹੀਂ ਕਰਦੇ, ਫਿਰ ਇਦੋਂ ਚੰਗਾ ਨਾ ਵੇਖਿਆ ਕਰੋ। ਕੋਈ ਸਾਨੂੰ ਆਡੀਓ ਨਹੀਂ ਫੀਲਿੰਗ। ਚਲੋ ਕੋਈ ਨਹੀਂ, ਬਾਕੀ ਜਿੰਨਾ ਵੀ ਦਿੰਦੇ ਪਿਆਰ ਬਹੁਤ ਸਾਨੂੰ ਤਾਂ, ਨਾਲੇ ਵਧੀਆ ਫੰਕਸ਼ਨ ਹੋ ਜਾਂਦਾ ਸਾਡਾ। ਨਾ ਤੁਹਾਨੂੰ ਨੀਂਦ ਆ ਨਾ ਫੀਲ। ਕਾਲੀ ਜ਼ਿੰਦਗੀ ਤੇ ਤੇਰਾ ਚਿੱਟਾ ਰੰਗ ਨਹੀਂ ਤੇ ਮੈਂ ਖਾਈ ਉਹ ਬੋਤਿਆਂ ਨੇ ਛੱਕ ਕੇ ਬਲੈਕ ਕਰਦੇ ਨਹੀਂ ਦੋ ਨੰਬਰ ਤੇ ਤਾਂ ਦਿੱਤੇ ਆ। ਕੈਨੇਡਾ ਆਪਣੇ ਹੈਗਾ ਭੂਆ ਦਾ ਮੁੰਡਾ ਗਿਆ ਸੀ ਵਲੌਗ ਨਹੀਂ ਉਹਦਾ ਬਣਾਉਂਦੇ ਹੁੰਦੇ ਸੀ, ਤੇ ਇੱਕ ਗੋਰਾ ਭਰਾ ਗਿਆ, ਉਦੋਂ ਵੀ ਨਹੀਂ ਜਾਇਆ ਗਿਆ, ਤੇ ਵਾਵਾ ਕੈਨੇਡਾ ਵਾਵਾ ਜਾਣੇ ਆ ਆਪਣੇ ਦਿਲ ਦੇ ਸਾਰੇ ਜਿਹੜੇ ਬੰਦੇ ਨੇ ਉਹ ਕਹਿੰਦਾ ਹੁੰਦਾ ਮੇਰਾ ਨਾਂ ਹੀ ਨਹੀਂ ਦਿੰਦਾ ਗੁਰੂ, ਮੈਂ ਤਾਂ ਭੁੱਲ ਹੀ ਗਿਆ ਅੱਜ ਮੈਂ ਫੋਨ ਲਾ ਕੇ ਵੀਡੀਓ ਕਾਲ ਤੇ ਕਹਿੰਦਾ ਮੈਂ ਨਹੀਂ ਨਹੀਂ ਕੋਈ ਨਹੀਂ ਚਲੋ ਵੀ ਤੇਰਾ, ਮੈਂ ਚੇਤਾ ਹੀ ਨਹੀਂ ਆਉਂਦਾ ਤੇਰਾ ਜ਼ਿਕਰ ਕਰਨ। ਉਹਨੂੰ ਆਪਦਾ ਨਹੀਂ ਬੰਦਿਆਂ ਨੇ ਕਹੀ ਨਾ ਪਤਾ ਲੱਗਦਾ ਕਿ ਜ਼ਿਕਰ ਕਰਨਾ ਕਿਸੇ ਦਾ ਕਿ ਨਹੀਂ ਕਰਨਾ, ਹਨਾ ਅਰਮਨ? ਗੋਰੇ ਦਾ ਫਰਾਂ ਹੈ ਸਾਡੇ ਨਾਲ ਚੱਤੋ ਵਾਲੇ ਦਾ ਹੋ ਹੀ ਜਾਂਦਾ ਆ, ਮੂੰਹ ਦੇ ਨਾਮ ਚੜੇ ਹੁੰਦੇ ਨਾ ਜਿਨ੍ਹਾਂ ਦੇ ਬਾਹਲੇ ਨੇੜੇ ਰਹਿੰਦੇ ਉਹਨਾਂ ਨਾਂ ਜੜਿਆ ਹੀ ਹੁੰਦਾ ਵਾ। ਪਰ ਬਾਕੀ ਆਪਣਾ ਗੋਰਾ ਵੀ ਨਜ਼ਾਰੇ ਰਹਿੰਦਾ ਤੇ ਕਿਸੇ ਸ਼ੱਕ ਨਾ ਕਿ ਗੋਰਾ ਆਪਣੇ ਲਈ ਸਾਰੇ ਇੱਕੋ ਜਿਹੇ ਆ। ਗੋਰਾ ਹੁਣ ਮਰੇ ਸੰਤੂ ਨੇ ਮਾਰ ਲੋਕਾਂ ਦੀ ਪਾੜੀ ਪਈ ਆ ਐਣ ਜਮਾ। ਆ ਤਾਂ ਗੋਰਾ ਐਡੀ ਤਕੜੀ ਸਕੀਮ 'ਚ ਬੈਠਾ, ਕਈ ਕਹਿੰਦੇ ਉਹਨੇ ਫੇਰ ਮੋੜਨਾ ਨਾ ਨਹੀਂ ਮੋੜਦਾ ਨਹੀਂ ਸੰਤੂ ਨਹੀਂ ਹੁਣ ਨਹੀਂ ਸੰਤੂ ਨਹੀਂ ਮੋੜਦੇ। ਚਲਾਕੀ ਆ ਚੁਸਤ ਚਲਾਕੀ ਨੇ ਸਾਰੇ ਬੰਦੇ ਬਾਹਰ ਕੀਤੇ ਆ, ਮਹਾਰਾਜ ਦੀ ਨਹੀਂ ਕਿਰਪਾ, ਜਿਹੜਾ ਮਾੜਾ ਬੰਦਾ ਨਾ ਆਪੇ ਆ ਸਾਡੇ ਤੋਂ ਦੂਰ ਹੋ ਜਾਂਦਾ। ਬਸ ਜੇ ਅਗਲਾ ਸਾਨੂੰ ਮਾੜਾ ਕਹਿ ਲਵੇ ਨਾ ਕੋਈ ਚੱਕਰ ਨਹੀਂ, ਤਾਂ ਕਹਿੰਦੇ ਸਾਨੂੰ ਮਾੜਾ ਕਹਿ ਲਈ ਮਾੜੇ ਆ ਮਾੜੇ ਨੂੰ ਮਾੜੇ ਕਹਿਣਾ ਭਰਾ, ਤੂੰ ਹੀ ਚੰਗਿਆਂ ਨਾਲ ਵਰਤਣਾ ਚੰਗਿਆਂ ਨਾਲ, ਵਾਹਿਗੁਰੂ ਜਾਣਦਾ ਕੀ ਕਹਿੰਦੇ ਆ। ਜੇ ਚੰਗਿਆਂ ਨਾਲ ਵਰਤਣਾ ਫਿਰ ਸਾਡੇ ਕੋਲ ਨਾ ਆਓ, ਸਾਡੇ ਕੋਲ ਇਹ ਨਾ ਹੋਵੇ ਦੱਲੇ ਵਾਲਾ ਕੰਮ ਕਰੇ, ਇੱਧਰ ਵੀ ਗੁੰਮ ਖਾਈ ਜਾਓ ਉੱਧਰ ਵੀ ਖਾਈ ਜਾਓ, ਸਿੱਧੀਆਂ ਗੱਲਾਂ ਸਾਡੇ ਮੂੰਹ ਤੇ ਕੋਈ ਚੱਕਰ ਨਹੀਂ। ਵਿਸ਼ਵਾਸ ਉਹਨਾਂ ਨੂੰ ਰੱਖੀ ਦਾ ਇਹ, ਤੇ ਤਾਂ ਕਰਕੇ ਨਜ਼ਾਰੇ ਲਈ ਦੇ ਆ। ਉਹ ਕਹਿੰਦੇ ਪੁੱਤ ਮਾੜੀਆਂ ਸੰਗਤਾਂ ਦੇ ਬਚੋ, ਤਾਂ ਮਨ ਸੋਚ ਸਾਡੇ ਨਾਲ ਮਾੜਾ ਕੋਈ ਹੈ ਕੌਣ, ਹੈ? ਚਲੋ ਜੀ ਮਿਲਦੇ ਜੱਸੂ ਨਾਲ, ਉਹਨੇ ਫੋਨ ਆਪਾਂ ਫਿਰ ਵੇਹਨੇ ਜੱਸੂ ਕੀ ਜਾਂਦਾ, ਹਨਾ ਅਰਮਨ? ਲਾ ਫੋਨ, ਆ ਜੀਰੇ ਪਹੁੰਚ ਗਏ ਆ, ਅਸੀਂ ਬਣਾਉਣ ਲੱਗੇ ਆ ਗੱਡੀ ਦੇ ਉੱਤੇ ਸਟicker ਲਵਾਉਣ ਲੱਗੇ ਫੇਰ। 2 ਮਿੰਟ ਸਕਿਪ ਕਰ, ਬਾਅਦ ਚ ਪਾਈ ਗਈ ਲਿਖਾਉਣ, 10 ਲੀਰ ਭਰਾ ਇੱਥੇ ਲਿਖਾਉਣਾ ਆਪਾਂ, ਨੈਵਰ ਫੋਲਡ ਨੈਵਰ ਡਾਊਨ ਯਾਰ। ਲੈ ਲੋ ਵੀ ਮਿੱਤਰੋ, ਲੱਗ ਹੀ ਚੁੱਕਾ ਫਾਈਨਲੀ। ਹੈਲੋ ਓ ਪੁੱਤ, 1 ਮਿੰਟ। ਹੈਲੋ ਸਾਈਡ ਤੇ ਗੱਲ ਸੁਣ, ਪੁੱਤ ਬੜਾ ਖਰਾਬ ਹੋਇਆ ਪਿਆ ਕਾਲ ਨਾ ਗੱਡੀ। ਹੋਰ ਮੈਂ ਕਿਹਾ ਕਿਵੇਂ ਸੈੱਟ ਆ? ਓਏ ਤੋ ਪੁੱਛ ਰਾ ਭਰਾ ਮੈਂ, ਓਏ ਆ ਵੇਲਾ ਭਰਾਵਾ, ਅੱਜ ਕਿੱਡੀ ਕਰਤੂਤ ਕੀਤੀ ਹਰਮਨ ਨੇ, ਫਿਰ ਆ ਗੱਲਾਂ ਚੰਗੀਆਂ ਨਹੀਂ ਨਾ ਲੱਗਦੀਆਂ। ਪਤਾ ਕੀ ਹੋਇਆ, ਉਹ ਯਾਰ ਲੱਖਾ ਚਾਚਾ ਨਹੀਂ ਗਿਆ ਸੀ ਬਾਹਰ, ਹੈ ਨਾ? ਉਹ ਪਾਗਲਾ ਇਹਦੇ ਕਰਕੇ ਗਿਆ ਸੀ, ਉਹ ਇਹਦਾ ਵੀਜ਼ਾ ਆ ਗਿਆ, ਇਟਲੀ ਦਾ ਚੱਲਿਆ ਇਹ, 3 ਦਿਨ ਰਹਿ ਗਏ, ਸੌਂ ਲੱਗੇ ਲੱਖੇ ਨੇ ਲੈ ਕੇ ਮੁੜ ਜਾਣਾ ਇਹਨੂੰ, ਹੋਏ ਸੌਂ ਲੱਗੇ। ਬੜਾ ਮਨ ਖਰਾਬ ਕਰਤਾ ਬਾਬਾ, ਇਹ ਬੰਦੇ ਨੇ ਦੱਸਿਆ ਨਹੀਂ ਵੇਲਾ ਯਾਰ, ਉਹ ਗੱਲ ਨਾ ਕਰੀ ਚੰਗਾ ਮੇਰਾ ਵੀਰ ਕਿਸੇ ਕੋਲ ਆਵੇ, ਬਸ ਕਹਿੰਦੀ ਯਾਰ ਮੰਮੀ ਸ਼ੋਪਿੰਗ ਕਰਨ ਜਾਣਾ ਵਾ ਸ਼ੀਰੇ ਤੋਂ, ਹੁਣ ਗੱਡੀ ਲਿਆਏ ਸ਼ੀਰੇ ਚਾਚੇ ਤੋਂ ਜਾ ਕੇ ਯਾਰ ਕਚਹਿਰੀਆਂ 'ਚ, ਸੌਂ ਹੁਣ ਕੀ ਕਰਾਂਗੇ, ਉਹੀ ਤਾਂ ਮੈਂ ਸੋਚੀ ਜਾਣਾ ਹਾਲੇ, ਇਕੱਲੇ ਰਹਿ ਗਏ, ਮੇਰਾ ਤਾਂ ਮਨ ਇੰਨਾ ਕੁ ਖਰਾਬ ਹੋਈ ਜਾਂਦਾ ਨਾ, ਪਤਾ ਨਹੀਂ ਕੀ ਹੋ ਗਿਆ, ਕਿੱਥੇ ਆ ਤੂੰ ਛੇਤੀ ਆ ਰਿਹਾ ਯਾਰ ਬਾਈ ਬਣ ਕੇ, ਉਹ ਯਾਰ ਆਹ ਤਾਂ ਮਾੜੀ ਗੱਲ, ਹੁਣ ਜੱਸੂ ਕੀ ਕਰੀਏ ਯਾਰ ਦੱਸ, ਓਏ ਉਹੀ ਤਾਂ ਗੱਲ ਆ, ਕਹਿੰਦਾ ਯਾਰ ਮੈਨੂੰ, ਮੈਂ ਕਹਿੰਦਾ ਘਰਦਿਆਂ ਨੇ ਕਹੇ ਨਹੀਂ ਗੱਲ ਕਰਨੀ, ਰੋਣ ਥਾ ਪਿਆ ਪਿਆ, ਰੋਣ ਨਾਲ ਹੱਥੇ ਆਈ ਹੋਏ ਪਏ ਆ, ਤੇ ਹੁਣ ਕੀ ਕਰੀਏ, ਜਾ ਯਾਰ ਜੱਸੇ ਸ਼ਾਮ ਤੇ ਕਰਾਣੇ ਆ ਵੀਰ ਬਣ ਕੇ ਯਾਰ, ਅੱਜ ਰਾਤ ਨੂੰ ਬਹਿੰਦੇ ਆ ਯਾਰ, ਚੱਲ ਫਿਰ ਸ਼ਾਮ ਤੇ ਘਰ ਆ ਜੀ ਚੰਗਾ ਜੱਸੇ ਯਾਰ, ਆਹੋ ਵੀਡੀਓ ਕਾਲ ਲਾ ਕੇ ਸ਼ਕਲ ਵੇਖ ਦੀ ਮਾੜੀ, ਵੀਡੀਓ ਕਾਲ ਆਈ ਵਟਸਐਪ ਤੇ, ਫੇਸ ਟਾਈਮ ਚੱਕ ਲਾ। ਲੋ ਵੀ ਜੱਸੇ ਪੁੱਤ ਨੂੰ ਤਾਂ ਕਰਤਾ ਹੈਰਾਨ,
ਤੇ ਹੁਣ ਤਾਂ ਉਹਨੇ ਰੋਣਾ ਰਾਤ ਨੂੰ ਅਸੀਂ ਕਿਹਾ ਕੋਈ ਚਾਹੀਦਾ ਘੈਂਟ ਜਿਹਾ ਉਹਦਾ ਮੋਸ਼ਨ ਵੇਖਾਂਗੇ ਨਾ ਫੇਸ ਕਿਵੇਂ ਆਕੜ ਦਾ ਨੈੱਟ ਨਹੀਂ ਚੱਲਦਾ ਪੈਣੀ ਵੀਡੀਓ ਕਾਲ ਤੇ ਵਿਖਾ ਦੇਣਾ ਜੀ ਉਹਨੂੰ ਪੈ ਗਿਆ ਟੈਨਸ਼ਨ ਇੱਥੋਂ ਬੰਦੇ ਦਾ ਸਹੀ ਪਤਾ ਲੱਗਦਾ ਉਹ ਕਹਿੰਦੇ ਬਈ ਭੈਣ ਚੋ ਭੂੰ ਚੋ ਚੱਲ ਜਾਂਦਾ ਵੱਡੀ ਗੱਲ ਨਾ ਕੱਢਿਆ ਕਰੂ ਕਰੀ ਤੇ ਨਾ ਫੇਰ ਵੀ ਜੱਸੂ ਨੇ ਇਹ ਗੱਲ ਕਹੀ ਚੱਲ ਛੋੜ ਦੀ ਜ਼ਿੰਦਗੀ ਬਣ ਜੂ ਜਿਹੜਾ ਬੰਦਾ ਦਿਲ ਤੋਂ ਕਰਦਾ ਹੋਊਗਾ ਉਹਨੂੰ ਐਂ ਸੋਚੂਗਾ ਕਿ ਚੱਲ ਛੋੜ ਦੀ ਜ਼ਿੰਦਗੀ ਬਣ ਜੂਗੀ ਅਸੀਂ ਤਾਂ ਵੇਖੇ ਵੇਹਦੇ ਸੀਗੇ ਜਿਵੇਂ ਇਮੋਸ਼ਨਲ ਹੋ ਗਿਆ ਉਹਨਾਂ ਨੇ ਫੋਨ ਹੀ ਲੈ ਜਾਣਾ ਮੇਰਾ ਜੀ ਨਹੀਂ ਲੱਗਦਾ ਮੇਰਾ ਜੀ ਨਹੀਂ ਲੱਗਦਾ ਚਲੋ ਕੋਈ ਨਹੀਂ ਬਾਕੀ ਆਪਾਂ ਕਰਾਈਏ ਟੇਪ ਆਪਾਂ ਲਿਖਾਈਏ ਤੇ ਚੱਲ ਗਿਆ ਨਾ ਅਰਮਨ ਗੱਡੀ ਹੁਣ ਪੂਰੀ ਟਿਪ ਟਪ ਕਰਕੇ ਰੱਖਾਗਾ ਨੀ ਲੈਟਾਂ ਤੂੰ ਗਾਲਾਂ ਕੱਢਦਾ ਯਾਰ ਇਹਨੂੰ ਸਮਝਾਓ ਇਹਦੀ ਗਾਲਾਂ ਕੱਟਣੀਆਂ ਮੈਨੂੰ ਬਹੁਤ ਔਖੀਆਂ ਲੱਗਦੀਆਂ ਐ ਕੱਟਿਆ ਕਰ ਲੂਗਾ ਸਭ ਪਤਾ ਲੱਗੇ ਦੇਸੀ ਆਟਾ ਜਿਵੇਂ ਕੁੜੀਆਂ ਵੇਂਦੀਆਂ ਸਨ ਤਾਂ ਕਰਕੇ ਵਿਹਲੀ ਜਨਤਾ ਵਿਹਲੀ ਉਹ ਵੀ ਕਰਤਾ ਵੀਰ ਨੇ ਤਿਆਰ ਬਾਕੀ ਲਾ ਕੇ ਚੈੱਕ ਕਰਾਉਣੇ ਚੱਲ ਇੱਕ ਪਿੱਕ ਉਹਨੇ ਸਟੋਰ ਮਾਰ ਉਹ ਬ੍ਰੇਕ ਦੇ ਵਿੱਚ ਲਾਉ ਕਰਕੇ ਵਿੱਚ ਹਾਂ ਦੀ ਜਾਂਦੀ ਵਾਰੀ ਵਾਰੀ ਮਿੰਟ ਮਿੰਟ ਖੋਲਦੇ ਹੁਣ ਇੱਕ ਬਾਈ ਫੋਟੋ ਖਿਚਾ ਲਈ ਬਾਈ ਆਪਾਂ ਵਲੌਗ ਵੀ ਬਣਾ ਲਈ ਬਹੁਤ ਪੰਗੇ ਲੈਣੇ ਵੇਲੇ ਕਰੋ ਯਾਰ ਕਾਹ ਗੱਲ ਵਲੌਗ ਯਾ ਸਹੀ ਹੈ ਤੇ ਹਾਂ ਓਕੇ ਰਿਪੋਰਟ ਆ ਜਾਣਾ ਸਹੀ ਹੈ ਜੰਨੇ ਸਹੀ ਆ ਥੋੜਾ ਤੂੰ ਕਰਦਾ ਓਕੇ ਓਕੇ ਆ ਥੋੜਾ ਜਿਹਾ ਥੱਲੇ ਕਰ ਲਗੇ ਮੈਂ ਨਾ ਥੋੜਾ ਜਿਹਾ ਨਹੀਂ ਨਹੀਂ ਜਮਾ ਕਰ ਤਾਂ ਸਹੀ ਆ ਥੱਲੇ ਦਾ ਬੜਾ ਥੱਲੇ ਆ ਆਏ ਹਾਏ ਆਏ ਲੈ ਵੀ ਮਿੱਤਰਾ ਸਲਾਹ ਕਰ ਫਿਰ ਫਿਰ ਲੋਕਾਂ ਨੇ ਇੱਕ ਚਾਹ ਹੀ ਸੀ ਹੋ ਗਿਆ ਪੂਰਾ ਬਾਕੀ ਬਾਅਦ ਚ ਕਰ ਲਾਂਗੇ ਨਹੀਂ ਨਹੀਂ ਓਕੇ ਲੱਗਦਾ ਬਾਕੀ ਦੱਸ ਦੇਣਗੇ ਪਿਆਰ ਕਰ ਨੈਵਰ ਫੋਲਡ ਨੈਵਰ ਡਾਊਨ ਯਾਰ ਲਖਾਈ ਫਿਰਦੇ ਮੈਂ ਸਹੀ ਆ ਜਿਹਨੇ ਵੇਖਣਾ ਵੇਖ ਹੀ ਲੈਣਾ ਆਹ ਸਾਡੇ ਚਾਹ ਨੂੰ ਖਾਇਆ ਆਹੀ ਰੁਟੀਨ ਸਾਡੀ ਬਸ ਅਜੇ ਬਣਾਉਣੇ ਆ ਹੁਣ ਆਪਾਂ ਐ ਕਰਾਂਗੇ ਜੋ ਬਣਾਉਣਾ ਹੈ ਨਾ ਜਾਨ ਕਹਿੰਦੇ ਪੂਰਾ ਵੱਡਾ ਕਰਦੇ ਹਾਂ ਅਗਲੀ ਵਾਰੀ ਓਏ ਅਗਲੀ ਇੱਕ ਪਟਾ ਕੇ ਕਿਹੜਾ ਟਾਈਮ ਪਾਸ ਹੋ ਗਿਆ ਥੋੜੇ ਗਾਣੇ ਦੀ ਫੀਲਿੰਗ ਆ ਜੂਗੀ ਹੋਰ ਹੁਣ ਇਹਨੇ ਨਾ ਬਸ ਚਲੋ ਮਿਲਦੇ ਸੁਣ ਮਿਲਦੇ ਆ ਕਿਹੜਾ ਖਾਰਾ ਯਾ ਮਾਨਾ ਸੋਚ ਨੂੰ ਸਲਾਮ ਆ ਗਏ ਜੀਰੇ ਦੀ ਪਛਾਣ ਨੈਵਰ ਫੋਲਡ ਨੈਵਰ ਡਾਊਨ ਮੁੰਡੇ ਆ ਲਖਾਈ ਫਿਰਦੇ ਆ ਵੇਲੀ ਜਨਤਾ ਦੇ ਗੇੜੇ ਤੇ ਗੇੜਾ ਗੋਲ ਚੌਂਕ ਨੇ ਸ਼ਹਿਰ ਦੇ ਠਾ ਗੜਾ ਦੇ ਗੜਾ ਠਾ ਗੜਾ ਗੱਡੀ 'ਚ ਬਹਿ ਕੇ ਤਾਂ ਫੀਲਿੰਗ ਹੀ ਰਾਜਿਆਂ ਵਾਲੀ ਆਉਂਦੀ ਆ ਹਾਂ ਮੁੰਡਾ ਮੁੰਡਾ ਪੀ ਲਿਓ ਯਾਰ ਚੱਲ ਪੀਏ ਮੂੰਹ ਸੁੱਕੀ ਜਾਂਦਾ ਪੁੱਤ ਹੈਲੋ ਲਪੀਏ ਓਏ ਹੈਲੋ ਲਪੀਏ ਜਾ ਗਈ ਓਏ ਤਬ ਰਿਸ਼ਤਾ ਵਿਆਹ ਕੇ ਲਿਆ ਮਤਲਬ ਚੱਲ ਮੋੜ ਰਿਸ਼ਤਾ ਆ ਗਏ ਘੁੰਮ ਘੁਮਾ ਕੇ ਪਿੰਡ ਫੇਰ ਤੁਹਾਨੂੰ ਜੱਸੂ ਪੁੱਤ ਕੇ ਲਾਉਣ ਲੱਗੇ ਫੋਨ ਵੇਨੇ ਕੀ ਆਂਦਾ ਚਾਸ ਨੰਬਰ ਦਾ ਭਰਾ ਚੱਕ ਹੀ ਲੈਣਾ ਫੋਨ ਹੈਲੋ ਉਹ ਪੁੱਤ ਹੈਲੋ ਹੈਲੋ ਪੁੱਤ ਯਾ ਭੈਣ ਚੋਦ ਮੈਂ ਕੀ ਕਰਾਂ ਭੈਣ ਦੀ ਚੋਦ ਯਾਰ ਚੰਗਾ ਵੀ ਹੈਗਾ ਮਾੜਾ ਹੀ ਕੋਈ ਯਾਰ ਆ ਜਾ ਯਾਰ ਛੇਤੀ ਜੱਸੇ ਨਹੀਂ ਮੈਂ ਆਵਾ ਭਰਾਵਾ ਮਗਮਣ ਗੱਡੀ ਲਿਆਉਣੀ ਮੈਂ ਸਿੱਧੀ ਇੱਥੇ ਨਹੀਂ ਤਾਂ ਉਹ ਟੈਨਸ਼ਨ ਪਈ ਵੀ ਤੈਨੂੰ ਟੈਨਸ਼ਨ ਨਹੀਂ ਹੈਗੀ ਕਿ ਛੋੜ ਚੱਲਿਆ ਦਾਦੀ ਸਾਡੀ ਮੋਹ ਕਰਦੀ ਕਿਉਂ ਬੁੜੀ ਇਹ ਬਹੁਤ ਭੈੜੀ ਚੀਜ਼ ਆ ਬੜੀ ਤੁਸੀਂ ਕੀ ਜਾਣੇ ਨੂੰ ਇਹਦਾ ਕਹਿੰਦੇ ਕੌਣ ਪ੍ਰੈਂਕ ਤੈਨੂੰ ਸੱਦਣ ਦੀ ਬਾਤ ਅਸੀਂ ਆਹ ਕੀਤਾ ਸੀ ਨਹੀਂ ਚੱਲਿਆ ਛੇੜਦੇ ਸੀ ਮਜ਼ਾਕ ਕਰਦੇ ਸੀ ਅਸੀਂ ਨਾ ਓਏ ਅਸੀਂ ਤੇਰਾ ਪਿਆਰ ਵੇਂਦੇ ਸਾਡੇ ਪ੍ਰਤੀ ਕਹਿੰਦਾ ਕਾ ਅਸੀਂ ਤੇਰਾ ਨਾ ਪਿਆਰ ਵੇਂਦੇ ਸੱਚੀ ਕਰਦਾ ਤੈਨੂੰ ਜਿਵੇਂ ਰਾਤ